So is vele ch mere naal Jasmine and Inderpal Kaur. Jasmine kaun ne? You? Okay. Yes. Athada ji. And Inderpal? Yes. Athada ji. ਬਹੁਤ ਬਹੁਤ ਮੁਬਾਰਕਾਂ ਦੋਨਾਂ ਨੂੰ। ਥੈਂਕ ਯੂ ਮੈਮ। ਦੋਨੋਂ ਫਰੈਂਡਸ ਹੋ? ਯੈਸ ਮੈਮ। ਸੋ ਕਦੋਂ ਤੋਂ ਇਕੱਠੇ ਪੜ੍ਹ ਰਹੇ ਹੋ? ਮੈਮ ਮਤਲਬ ਸਾਡੇ ਡੈਡ ਫਰੈਂਡਸ ਨੇ। ਅੱਛਾ। ਸੀ ਹੁਣ ਆਫਟਰ ਇਕੱਠੀਆਂ ਨੇ ਜਾਣਾ ਕਰਕੇ ਉਦੋਂ ਤੋਂ ਇਕੱਠੀਆਂ। ਤੇ ਇਕੱਠਿਆਂ ਨੇ ਅਪਲਾਈ ਕੀਤਾ ਕੈਨੇਡਾ ਦੇ ਵਾਸਤੇ ਤੇ ਵੀਜ਼ਾ ਵੀ ਆ ਗਿਆ ਜੀ ਦੋਨਾਂ ਦਾ। ਸੇਮ ਕਾਲਜ? ਹਾਂਜੀ ਮੈਮ ਸੇਮ ਕੋਰਸ ਵੀ ਸੇਮ। ਸੇਮ ਹੀ ਕੋਰਸ ਹੈ। ਕਿਹੜਾ ਕੋਰਸ ਲਿੱਤਾ? ਗ੍ਰੀਨ ਹਾਊਸ ਟੈਕਨੀਸ਼ੀਅਨ। ਓਕੇ ਤੇ ਇੱਥੇ ਕੀ ਸਟੱਡੀ ਹੈ ਤੁਹਾਡੀ? ਮੈਮ ਮੈਂ ਐਮਐਸਸੀ ਕਰ ਰਹੀ ਹਾਂ ਜੂਲੋਜੀ। ਓਕੇ ਹਜੇ ਕਰ ਰਹੇ ਹੋ ਤੇ ਵਿੱਚੇ ਫਿਰ ਡ੍ਰੌਪ ਕਰਨੀ ਪਈ ਹੈ? ਹਾਂਜੀ ਮੈਮ ਕੰਪਲੀਟ ਹੋ ਗਈ ਮੇਰੀ। ਅੱਛਾ ਕੰਪਲੀਟ ਹੋ ਗਈ ਸੀ। ਆਈਐਲਟੀਐਸ ਸਕੋਰ ਕਿੰਨਾ ਆ ਗਿਆ ਸੀ? 6 ਬੈਂਡਸ। 6 ਬੈਂਡਸ ਤੇ ਪਤਾ ਸੀ ਜੀ ਕਿਦਾਂ ਅਸੀਂ ਅਪਲਾਈ ਕਰਨਾ ਹੈ ਕੈਨੇਡਾ ਦੇ ਵਾਸਤੇ? ਹਾਂਜੀ ਮੈਮ ਫਰੈਂਡਸ ਨੇ ਸੁਜੈਸਟ ਕੀਤਾ ਸੀ, ਉਹਨਾਂ ਨੇ ਲੈਂਡਮਾਰਕ ਤੋਂ ਫਾਈਲ ਲਗਵਾਈ ਸੀ। ਓਕੇ ਤੇ ਉਸ ਤੋਂ ਬਾਅਦ ਫਿਰ ਅਸੀਂ ਲੁਧਿਆਣਾ ਆਫਿਸ ਤੋਂ ਫਾਈਲ ਲਗਵਾਈ ਸੀ। ਮੁਕਤਾ ਮੈਮ ਸੀਗੇ ਕਾਉਂਸਲਰ ਜੀ। ਕਿੱਥੋਂ ਬਿਲੋਂਗ ਕਰਦੇ ਹੋ? ਮੈਮ ਮੋਗਾ ਤੋਂ। ਮੋਗਾ ਤੋਂ ਤੇ ਲੁਧਿਆਣਾ ਆਫਿਸ ਵਿਜ਼ਿਟ ਕੀਤਾ? ਹਾਂਜੀ ਮੈਮ। ਓਕੇ ਤੇ ਕਿੱਦਾਂ ਐਕਸਪੀਰੀਅੰਸ ਰਿਹਾ ਉੱਥੇ? ਮੈਮ ਬਹੁਤ ਵਧੀਆ ਐਕਸਪੀਰੀਅੰਸ। ਖੁਸ਼ ਹੋ? ਹਾਂਜੀ। ਇੱਥੇ ਹੁਣ ਦੋਨਾਂ ਨੇ ਫਲਾਈ ਵੀ ਇਕੱਠੇ ਕਰਨਾ ਹੈ ਟੇਕ ਆਫ। ਤਿਆਰੀ ਹੋ ਗਈ ਹੈ ਜੀ? ਹਾਂਜੀ। ਚਲੋ ਬਹੁਤ ਬਹੁਤ ਮੁਬਾਰਕਾਂ ਜੀ ਦੋਨਾਂ ਜਣਿਆਂ ਨੂੰ। ਇਕੱਠੇ ਤੁਸੀਂ ਹਮੇਸ਼ਾ ਰਹੋ ਦੋਨੋਂ ਫਰੈਂਡਸ। ਥੈਂਕ ਯੂ ਸੋ ਮਚ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਤੇ ਇਹ ਤੁਹਾਡੇ ਦੋਨਾਂ ਵਾਸਤੇ ਜੀ ਫਰੋਮ ਲੈਂਡਮਾਰਕ ਇਮੀਗ੍ਰੇਸ਼ਨ। ਰਾਈਟ, ਥੈਂਕ ਯੂ।